ਵੀਡੀਓ ਵਿੱਚ ਦਿਖ ਰਹੇ ਦੋਨੋਂ ਪਰਸਨ ਆਪਣੇ ਆਪ ਨੂੰ ਸਿੱਧੂ ਦਾ ਦੋਸਤ ਦੱਸ ਰਹੇ ਆ ਤੇ ਇਹਨਾਂ ਨੇ ਸਿੱਧੂ ਦੇ ਕਤਲ ਦਾ ਇਲਜ਼ਾਮ ਲਾਇਆ ਬੱਬੂ ਮਾਨ ਦੇ ਦੋਸਤ ਬਬਲਾ ਖੰਟ ਤੇ ਪ੍ਰਸ਼ਾਸਨ ਦੇ ਉੱਤੇ। ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਇਹ ਲਾਇਆ ਕਿ ਉਹਨਾਂ ਨੇ ਪੁੱਛਗਿੱਛ ਸਹੀ ਤਰੀਕੇ ਨਾਲ ਨਹੀਂ ਕੀਤੀ। ਇਹਨਾਂ ਦੀਆਂ ਗੱਲਾਂ ਦੇ ਵਿੱਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹਦੇ ਉੱਤੇ ਆਪਾਂ ਕੋਈ ਪਰਸਨਲ ਰਾਏ ਨਹੀਂ ਮੈਂ ਦਊਂਗਾ, ਕਿਉਂਕਿ ਦੇਖੋ ਇੱਕ ਇਸ਼ੂ ਇੱਦਾਂ ਦਾ। ਬਾਕੀ ਤੁਸੀਂ ਆਪ ਸਿਆਣੇ ਆ, ਤੁਸੀਂ ਇਹਨਾਂ ਦੀਆਂ ਗੱਲਾਂ ਸੁਣ ਕੇ ਜ਼ਰੂਰ ਦੱਸਿਓ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਿੰਨਾ ਕੁ ਦਮ ਹੈ, ਕਿੰਨਾ ਕੁ ਝੂਠ, ਕਿੰਨਾ ਕੁ ਸੱਚ ਹੈ, ਹਨਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਗੱਲ ਹੋਰ ਲੋਕਾਂ ਤੱਕ ਵੀ ਪਹੁੰਚੇ ਅਤੇ ਉਹਨਾਂ ਦੀ ਰਾਏ ਆਪਾਂ ਨੂੰ ਪਤਾ ਲੱਗ ਸਕੇ। ਚਲੋ ਵੀਡੀਓ ਦੇਖਦੇ ਹਾਂ। ਬਾਈ ਆ ਕਰਨ ਔਜਲੇ ਵਾਲਾ ਬਾਈ ਪਹਿਲਾਂ ਦੱਸਦਾ ਬਾਈ ਤੁਸੀਂ ਲੇਟ ਆਏ ਹੋ, ਉਹ ਕਲੀਅਰ ਕੀਤਾ ਹੋਇਆ ਬਾਈ ਸਾਰਾ। ਤੁਸੀਂ ਕੋਈ ਹੋਰ ਚੀਜ਼ ਵਾਲਾ, ਹਾਂ ਬਾਕੀ ਹੋਰ ਜਾਂ ਪ੍ਰਸ਼ਨ ਵਾਲੀ ਆ ਟੀਮ ਵਾਲਾ ਆਪਾਂ ਪਹਿਲੇ ਕੀ ਕਰਤਾ ਸੀ ਉਹ ਤੇ ਬਿੱਲੇ ਬਾਰੇ ਦੱਸ ਦੋ ਬਾਈ, ਕਿਹੜੇ ਬਿੱਲੇ ਬਾਰੇ ਬਾਈ? ਬਿੱਲੇ ਘੁੰਮਣ ਵਾਲੇ ਬਾਰੇ ਬਾਈ? ਉਹ ਤਾਂ ਬਾਈ ਯਾਰ ਜਿਹਾ ਜਿਹਾ ਮਹਾਤੜ ਬੰਦਾ ਉਹਦਾ ਜਾਂਦਾ, ਉਹਦਾ ਕੰਮ ਵੀ ਬਾਈ ਮੂਸੇ ਸੀ, ਉਹਦਾ ਬਾਪੂ ਹੋਰਾਂ ਦਾ ਬੰਦਾ ਵੀ ਜਾਂਦਾ ਬਾਈ, ਉਹ ਬਣਾ ਕੇ ਆਇਆ। ਮੈਂ ਕਹਿੰਦਾ ਵੀ ਫਾਇਦੇ ਵੀ ਚਲੇ ਜਾਓ ਤਾਂ ਹੁਣ ਵੀ ਹਾਂ ਹੁਣ ਵੀ ਜਾ ਕੇ ਆਇਆ ਬਾਈ ਉਹ ਤਾਂ। ਹਾਂ ਉਹ ਯਾਰ ਕਹਿੰਦਾ ਪ੍ਰੇਮ ਤੇ ਨਸੀਬ ਨੂੰ ਬਾਈ। ਮੈਂ ਬਾਈ ਤੁਹਾਨੂੰ ਇਹ ਗੱਲ ਕਹਿਣਾ ਵੀ ਤੁਸੀਂ ਸਿੱਧੂ ਬਾਈ ਦੇ ਰਿਲੇਟਡ ਸਵਾਲ ਪੁੱਛੋ, ਇਹ ਨਾ ਪੁੱਛੋ ਵੀ ਰਾਕਾ ਸਿੱਧੀ ਗੱਲ ਫਲਾਨਾ, ਉਹ ਤਾਂ ਬਾਈ ਤੁਹਾਨੂੰ ਵੀ ਪਤਾ ਬੱਬੂ ਮਾਨ ਨੇ ਤਾਂ ਬਾਈ ਤੁਹਾਨੂੰ ਵੀ ਪਤਾ ਨੇ ਤਾਂ ਸਾਰੇ ਲੀਰਾਂ ਨੇ ਤਾਂ ਬਾਈ ਆਪਾਂ ਨਹੀਂ ਕਰਨੀ ਵੀ ਉਹ ਜੀ ਚਾਹੁੰਦਾ ਲੀਰਾਂ ਨੇ 70 ਬੰਦੇ ਹੋ ਗਏ ਜਿਹੜੇ ਉਹਨਾਂ ਵਾਲੇ ਉਹ ਆ ਬੱਬੂ ਮਾਨ। ਹਾਂ ਇੱਕ ਸੱਚ ਮੈਂ ਗੱਲ ਇੱਕ ਹੋਰ ਕਰਦਾ, ਮੇਰੇ ਯਾਦ ਆ ਗਈ ਬੱਬੂ ਮਾਨ ਦੇ ਨਾਲ ਦਾ ਬੰਦਾ ਉਹਦਾ ਨਾਮ ਕੀ ਸੀ, ਉਹ ਜਿਹੜਾ ਭੈਣ ਦਾ ਉਦੋਂ ਇੰਟਰਵਿਊ ਵਿੱਚ ਕਹਿੰਦਾ ਸੀ ਬਬਲਾ ਖੰਟ ਵਾਲਾ, ਹਾਂ ਹੁਣ ਉਹਦੀ ਗੱਲ ਦੱਸਦਾ ਬਾਈ ਬੱਬੂ ਮਾਨ ਵਾਲੀ ਤੁਹਾਨੂੰ ਮੈਂ ਹੁਣ ਗੱਲ ਕਲੀਅਰ ਕਰ ਹੀ ਦੇਵਾਂ ਇਹ ਵੀ। ਉਹਨੇ ਬਾਈ ਉਦੋਂ ਨਾ ਕਿਹਾ ਜਦੋਂ ਉਹ ਰੌਲਾ ਹੋਇਆ ਨਾ ਸਿੱਧੂ ਬਾਈ ਲਾਈਵ ਹੋਇਆ ਹਨਾ, ਉਹਨੇ ਬਾਈ ਕਿਸੇ ਨਾ ਕਿਸੇ ਦਾ ਥਰੂ ਫੋਨ ਕੀਤਾ ਕਹਿੰਦਾ ਅਸੀਂ ਆ ਰਹੇ ਹਾਂ 300 ਗੱਡੀ ਲੈ ਕੇ ਮੂਸੇ ਨੂੰ ਮਿਲਦੇ ਹਾਂ ਕਹਿੰਦਾ ਤੈਨੂੰ ਵੱਡੇ ਉਹਨੂੰ ਬਾਈ। ਨਾ ਕੋਈ ਆਇਆ ਨਾ ਕੁਛ ਹੋਰ, ਉਹ ਬਾਈ ਏਡਾ ਕੁ ਬੰਦਾ ਆਪਣਾ ਦਲੇਰ ਸੀ, ਟਰੈਕਟਰ ਖੜਾ ਸੀ ਬਾਈ ਪਟਿਆਲੇ ਨਾਟ ਗਿਆ ਟਰਬੋ ਹੋਣਾ ਗਿਆ ਹੋਇਆ ਸੀ ਹਨਾ, ਤੇ ਉਹ ਉੱਥੇ ਪਤਾ ਨੀ ਪੰਪ ਹੋਣਾ ਗਿਆ ਹੋਇਆ ਸੀ। ਇਹ ਬਾਈ ਕਹਿੰਦਾ ਵੀ ਆਪਾਂ ਚੱਲਦੇ ਹਾਂ ਅੱਜ ਹੀ ਲਾਈਵ ਹੋ ਕੇ ਹਟਿਆ ਦੁਪਹਿਰੇ ਸਵੇਰੇ ਜੇ ਕਹਿੰਦਾ ਅੱਜ ਟਰੈਕਟਰ ਲੈਣ ਚੱਲਦੇ ਹਾਂ ਬਾਈ। ਗਏ ਗੱਡੀ ਚ ਗਏ ਸਕੋਰਪੀਓ ਚ ਹਨਾ, ਉਧਰੋਂ ਬਾਈ ਟਰੈਕਟਰ ਆਪ ਚਲਾ ਕੇ ਲੈ ਕੇ ਆਇਆ ਕਹਿੰਦਾ ਅੱਜ ਮੈਂ ਦੇਖ ਹੀ ਲੈਣਾ ਵੀ ਕਿੰਨੀ ਕੁ ਜ਼ਰੂਰਤ ਆ ਇਹਨਾਂ ਚ ਵੀ ਕੋਈ ਆਉਂਦਾ ਕਿ ਨਹੀਂ ਆਉਂਦਾ ਹਨਾ। ਕੋਈ ਨੀ ਆਇਆ ਬਾਈ ਕੋਈ ਵੀ, ਇਹ ਗੱਲਾਂ ਵਾਲੇ ਨੇ ਬਾਈ ਸਾਰੇ ਹਨਾ। ਹੁਣ ਬਾਕੀ ਰਹੀ ਗੱਲ ਉਹ ਬਬਲਾ ਖੰਟ ਹੈਗਾ ਕਿੱਥੇ ਆ ਬਾਈ, ਇਹ ਗੱਲ ਦਾ ਜਵਾਬ ਚਾਹੀਦਾ ਮੈਨੂੰ ਵੀ ਬਬਲਾ ਖੰਟ ਕਿੱਥੇ ਆ ਤੇ ਉਹਨੂੰ ਹਜੇ ਤੱਕ ਕਿਉਂ ਨੀ ਬੁਲਾਇਆ ਗਿਆ ਤਾਂ ਉਹ ਕਿੱਥੇ ਆ, ਉਹਨੂੰ ਕਿਉਂ ਨੀ ਸਵਾਲ ਹੋਏ, ਠੀਕ ਹੈ। ਤੇ ਬਾਕੀ ਰਹੀ ਗੱਲ ਜੇ ਕੈਨੇਡਾ ਤਾਂ ਉਹਦਾ ਰੈੱਡ ਕਾਰਨਰ ਜਾਂ ਕੋਈ ਵੀ ਰੈੱਡ ਕਾਰਨਰ ਵਾਲਾ ਤਾਂ ਚੱਲ ਉਹ ਹੈ ਹੀ ਨੀ ਐਡੀ ਲੈਵਲ ਦੀ, ਉਹਦਾ ਖਰਚਾ ਫਿਰ ਜੀ ਹਨਾ, ਐਡਾ ਤਾਂ ਹੈ ਹੀ ਨੀ ਉਹਦਾ। ਉਹਨੂੰ ਐਂ ਤਾਂ ਪੁੱਛੋ ਵੀ ਉਹ ਹੈਗਾ ਕਿੱਥੇ ਆ, ਬੱਬੂ ਮਾਨ ਨੂੰ ਪੁੱਛੋ ਵੀ ਕਿੱਥੇ ਆ ਤੇਰੇ ਨਾਲ ਦਾ ਕਿੱਥੇ ਆ, ਉਹਨਾਂ ਨੂੰ ਬੁਲਾ ਕੇ ਪੁੱਛੋ। ਪੁਲਿਸ ਨੇ ਬੁਲਾਏ ਬਾਈ, ਇਹਨਾਂ ਨੂੰ ਚਾਹ ਨਾਲ ਬਿਸਕੁਟ ਪਿਆ ਕੇ ਤੋਰਤਾ ਖਵਾ ਕੇ ਬਿਸਕੁਟ ਲਓ ਜੀ, ਹੋ ਗਈ ਪੁੱਛ ਗਿੱਛ ਸਾਰੀ, ਐ ਪੁੱਛ ਗਿੱਛ ਉਹਨੇ ਬਾਈ ਝੋਟੇ ਦੀ ਹੋਈ ਆ ਹਾਲ ਦੀ ਨਾ ਉਹਦਾ ਬਿਨਾ ਉਹਦਾ ਦੇਖਦਾ ਨਾ ਉਹਦੇ ਨਾਲ ਕਰੀ ਆ ਉਹਨਾਂ ਨੇ ਵੀ ਉਹ ਬੰਦੇ ਤੇ ਬਿਨਾ ਗੱਲੋਂ ਐਡਾ ਦੇਤਾ ਉਹਦਾ ਕਸੂਰ ਕੀ ਆ ਉਹ ਬਾਈ ਆਪਣੇ ਯਾਰ ਕਹਿਣਾ ਨਾ ਵੀ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ। ਮੈਂ ਬਾਈ ਤੁਹਾਨੂੰ ਇੱਕੋ ਚੀਜ਼ ਕਹਿਣਾ ਹੱਥ ਜੋੜ ਕੇ, ਆ ਇੱਕ ਬਾਈ ਕਹਿੰਦਾ ਪਤਾ ਨੀ ਆ ਬਾਈ ਦੇਖ ਥੱਲੇ ਕਹਿੰਦਾ ਬਾਈ ਵਿਰਕ 751 ਕਹਿੰਦਾ ਬਾਈ ਬਬਲੇ ਖੰਟ ਨੇ ਗੋਲਡ ਸਟਾਰ ਨਾਲ ਮੁਲਾਕਾਤ ਕੀਤੀ। ਮੈਂ ਤੈਨੂੰ ਦੱਸਦਾ ਇੱਕ ਉਹ ਬੰਦੇ ਨੇ ਪੋਸਟ ਪਾਈ ਸੀ ਵਿਕਾਸ ਜੋਬ ਕਿਹੜਾ ਪੇਸਟ ਸੀ ਯਾਰ ਉਹ ਪੇਜ ਦਾ ਪੰਜਾਬ ਬਾਕਸ ਆਫਿਸ ਪੰਜਾਬ ਉਹਨਾਂ ਦਾ ਬਾਅਦ ਉਹਨਾਂ ਨੇ ਡਿਲੀਟ ਕਰਤਾ ਸੀ ਬਿਚਾਰੇ ਨੇ, ਉਹ ਕਹਿੰਦਾ ਉਹਨਾਂ ਨੇ ਪਹਿਲਾਂ ਹੀ ਲਿਖ ਕੇ ਪਾਇਆ ਸੀ ਉਹਨੇ, ਉਹ ਮੈਂ ਭੁੱਲ ਗਿਆ ਸਾਰੀ ਡੱਬੇ ਵਾਲੀ ਸ਼ੋਅ ਲਿਖ ਕੇ ਪਾਈ ਸੀ ਬੰਦੇ ਨੇ ਕਲੀਅਰ ਤੇ ਉਹ ਮੁੜ ਕੇ ਕਿਉਂ ਨੀ ਵੀ ਫਿਲਮ ਆਉਣ ਵਾਲੀ ਆ ਜਦੋਂ ਉਹਦਾ ਗਾਣਾ ਆਉਣ ਵਾਲਾ ਕੋਈ ਵੀ ਸਿੰਗਰ ਆ ਯਾਰ ਉਹਨੂੰ ਕਹਿ ਵੀ ਗੱਲ ਕਰਨੀ ਆ ਜਸਟਿਸ ਦੀ ਕਰ, ਤੈਨੂੰ ਉਹ ਮਿਲਿਆ ਉਹ ਨਹੀਂ ਮਿਲਿਆ ਤੇਰੇ ਨਾਲ ਉਹਦਾ ਪਿਆਰ ਤੇਰੇ ਨਾਲ ਉਹਦਾ ਸਤਿਕਾਰ ਉਹ ਤਾਂ ਲੋਕਾਂ ਨੂੰ ਬਾਈ ਇੱਕ ਮਿੰਟ ਹੁਣ ਯਾਰ ਮੈਂ ਕਹਾਂ ਵੀ ਮੈਂ ਹੁਣ ਮੈਂ ਇੱਥੇ ਲੱਗ ਜਾ
ਵੀ ਯਾਰ ਅਸੀਂ ਤਾਂ ਐਂ ਕਰਦੇ ਹੁੰਦੇ ਸੀ, ਅਸੀਂ ਐਂ ਕਰਦੇ ਹੁੰਦੇ ਸੀ। ਉਹ ਯਾਰ ਉਹ ਲੋਕਾਂ ਨੂੰ ਦਿਖਦਾ, ਉਹਦਾ ਫੋਟੋਆਂ ਸਾਰੀਆਂ, ਲੋਕ ਪ੍ਰੋਫਾਈਲ ਸਾਰਾ ਕੁਝ ਸਾਰਿਆਂ ਨੂੰ ਪਤਾ। ਤੁਸੀਂ ਜਿਹੜੀ ਗੱਲ ਲੋਕ ਤੋਂ ਸੁਣਨਾ ਚਾਹੁੰਦੇ ਨੇ ਨਾ, ਵੀ ਜੀ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਸਾਨੂੰ ਇਨਸਾਫ਼ ਚਾਹੀਦਾ, ਠੀਕ ਹੈ, ਵੀ ਸਾਨੂੰ ਇਨਸਾਫ਼ ਚਾਹੀਦਾ, ਇਹ ਚਾਹੀਦਾ ਸਾਨੂੰ, ਨਾ ਕਿ ਬਈ ਇਹ ਚਾਹੀਦਾ ਵੀ ਤੁਸੀਂ ਉੱਥੇ ਜਾ ਕੇ ਨਾ ਕਰੋ ਵੀ ਬਈ ਇਹ ਥਾਂ ਅਸੀਂ ਆਏ ਸੀ, ਅਸੀਂ ਆਏ ਸੀ। ਉਹ ਤਾਂ ਯਾਰ ਤੁਸੀਂ ਇਮੋਸ਼ਨਲ ਡੈਮੇਜ ਕਰਦੇ ਹੋ ਲੋਕਾਂ ਦਾ, ਹਨਾ, ਲੋਕ ਤੁਹਾਨੂੰ ਪਤਾ ਵੀ ਉਹਦੇ ਨਾਲ ਲੋਕ